गुरमुख मन जीता हूँ मैं मार, गुरमुख साच रखिया उर तार, गुरमुख जग जीता जमकाल मार बेदार। गुरमुख दरगाह न आवै हार, गुरमुख मेल मिलाए सो जाने, नानक गुरमुख शब्द पछाणे। शब्द कान बेड़ा सुन तू अदो, बिन नावें जोग न होई, नामे राते अन दिन माते, नामे ते सुख होई, नामे ही ते सब प्रगट होवे, नामे सोजी पाई, बिन नावे पेख करें बहुते, सच्चा आप खुआई, सतगुर ते नाम पाईए औदु, जोग जुगत ता होई, कर विचार मन देखो नानक, बिन नामे मुक्त न होई, कर विचार मन देखो नानक, बिन नामे मुक्त न होई। वाहेगुरु जी का खालसा, वाहेगुरु जी की फतेह। ए सी गुरमुखो पावन पदा नंबर 71 और 72। हुण गुरु नानक साहिब पातशाह ने गुरमुखो जो पदा नंबर 73 है उहदे विच उस वाहेगुरु परमेश्वर का मंगल रूप धन्नवाद किया है। विचार है जिहड़ी उह 72 पदियां तक की है। तो हुण बिल्कुल सतगुरु पातशाह विचार चर्चा है जिहड़ी उहनूं अखीर दे वल लैके जा रहे है, जिन्हों असी कहने भी नचोड़ दे वल लैके जा रहे, भी नचोड़ के निकलता है सारी चर्चा का। तो गुरु नानक साहिब पातशाह ने जो योगियों के सामने तत् रखिया, नचोड़ रखिया सारी चर्चा का, ये रखिया भी योगियो गुरमुख बने तो बिना गल नहीं बनती। सारी जिहड़ी उह चर्च है ना, उहदा तत् बाबा जी ने यह कढ़िया, क्योंकि गुरमुख बने तो बिना ना विकार दूर हुंदे है, गुरमुख बने तो बिना ना पातशाह कहिंदे गुरु दे कोलों नाम दी दात प्राप्त हुंदी है, ते नाम तो बिना जीवन दे विच्चों मुक्ति नहीं प्राप्त होंदी, विकारां तो खलासी नहीं होंदी। जिहड़ी सारी खेड़ है वो है गुरु वाला बने तो, गुरमुख बने तो, शब्द दे नाल जुड़िया तो। गुरमुख का अर्थ होंदा जिहड़ा गुरु दे शब्द नाल जुड़िया। तो गुरु नानक साहिब पातशाह इत्थे बचन करदे ने गुरमुख मन जीता होमै मार। जोगियो गुरु दे राही जिहड़ा गुरमुख हुंदा ना,
ਗੁਰੂ ਦੇ ਹੁਕਮ ਦੇ ਵਿੱਚ ਤੁਰਦਾ, ਹਉਮੈ ਨੂੰ ਮਾਰਦਾ ਅਤੇ ਆਪਣੇ ਮਨ ਨੂੰ ਜਿੱਤ ਲੈਂਦਾ। ਕਿਉਂਕਿ ਜਿਹੜੀ ਲੜਾਈ ਹੈ ਨਾ ਮਨੁੱਖ ਦੀ, ਇੱਕ ਤਾਂ ਗੁਰਮੁਖੋਂ ਬਾਹਰ ਦੀ ਹੈ, ਤਾਂ ਬਾਹਰ ਲੜਦਾ ਬੰਦਾ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਕਿਹਾ ਬਾਹਰ ਦੇ ਦੁਸ਼ਮਣਾਂ ਤੋਂ ਵੱਡੇ ਦੁਸ਼ਮਣ ਤੇਰੇ ਅੰਦਰ ਬੈਠੇ ਹੈ, ਜਿਨ੍ਹਾਂ ਨੂੰ ਤੂੰ ਮਿੱਤਰ ਬਣਾ ਕੇ ਬੈਠਾ, ਅਸਲ ਦੇ ਵਿੱਚ ਉਹ ਤੇਰੇ ਦੁਸ਼ਮਣ ਹੈ। ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਤੇ ਇਹ ਦੁਸ਼ਮਣ ਕਰਦੇ ਕੀ ਹੈ, ਅੰਮ੍ਰਿਤ ਲੁੱਟੈ ਮਨਮੁੱਖ ਨਹੀਂ ਬੁੱਝੈ। ਤੇਰੇ ਅੰਦਰ ਦੇ ਉਹ ਚ ਰੱਬੀ ਸ਼ੁਭ ਗੁਣ, ਅੰਮ੍ਰਿਤ ਦਾ ਕੀ ਅਰਥ ਹੈ, ਰੱਬੀ ਸ਼ੁਭ ਗੁਣ ਨੇ ਜਿਹੜੇ, ਜਿਹੜੇ ਗੁਣਾਂ ਨੂੰ ਧਾਰਨ ਕਰਕੇ ਤੂੰ ਰੱਬ ਦੇ ਵਿੱਚ ਲੀਨ ਹੋਣਾ, ਉਹ ਗੁਣ ਰੱਬ ਦੇ ਕੋਲੋਂ ਤੈਨੂੰ ਮਿਲੇ ਸਨ, ਪਰ ਪਾਤਸ਼ਾਹ ਕਹਿੰਦੇ ਲਿਵ ਛੁੜਕ ਗਈ, ਧਿਆਨ ਵਿਸਰ ਗਿਆ, ਤੂੰ ਰੱਬ ਨੂੰ ਭੁੱਲ ਗਿਆ, ਉਹ ਗੁਣ ਵੀ ਚਲੇ ਗਏ। ਇਸ ਕਰਕੇ ਉਹ ਜਿਹੜੇ ਗੁਣ ਨੇ ਇਹਨਾਂ ਵਿਕਾਰਾਂ ਨੇ ਲੁੱਟੇ ਆ, ਸੀ ਤੇਰੇ ਅੰਦਰ ਉਹ ਗੁਣ। ਇਸ ਕਰਕੇ ਤੋ ਪਾਤਸ਼ਾਹ ਕਹਿੰਦੇ ਭਾਈ ਹਉਮਨ ਚੀਤਾ, ਜਿਹੜਾ ਗੁਰਮੁਖ ਹੈ ਨਾ, ਉਹ ਆਪਣੇ ਅੰਦਰ ਦੀ ਹਉਮੈ ਨੂੰ ਮਾਰਦਾ ਅਤੇ ਆਪਣੇ ਮਨ ਨੂੰ ਜਿੱਤ ਲੈਂਦਾ। ਇਹ ਗੁਰਮੁਖ ਦਾ ਲੱਛਣ ਵੀ ਹੈ, ਗੁਰਮੁਖ ਇਹ ਗੁਰਮੁਖ ਦੀ ਨਿਸ਼ਾਨੀ ਵੀ ਹੈ। ਅਤੇ ਮੈਂ ਇਹ ਕਹਿੰਦਾ ਉਹਨਾਂ ਵੀ ਗੁਰਮੁਖ ਦਾ ਇਹ ਮਕਸਦ ਵੀ ਹੋਣਾ ਚਾਹੀਦਾ, ਨਿਸ਼ਾਨਾ ਵੀ ਹੋਣਾ ਚਾਹੀਦਾ ਵੀ ਆਪਣੇ ਅੰਦਰ ਦੀ ਹਉਮੈ ਨੂੰ ਮਾਰ ਲਵਾਂ ਅਤੇ ਮਨ ਨੂੰ ਜਿੱਤ ਲਵਾਂ। ਕਿਉਂਕਿ ਬੰਦਾ ਮਨ ਅੱਗੇ ਹੀ ਹਾਰਦਾ। ਇਸੇ ਕਰਕੇ ਇੱਕ ਬਚਨ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਬਸੰਤ ਕੀ ਵਾਰ ਵਿੱਚ ਕਿਹਾ, ਪਾਤਸ਼ਾਹ ਕਹਿੰਦੇ ਪੰਜੇ ਬੱਤੇ ਮਹਾਂਬਲੀ ਕਰ ਸੱਚਾ ਟੋਆ, ਜਾਂ ਪਾਤਸ਼ਾਹ ਕਹਿੰਦੇ ਨੇ ਹਉ ਗੁਸਾਈ ਦਾ ਪਹਿਲਵਾਨ ਲੜਾ, ਮੈਂ ਗੁਰਮਿਲ ਉੱਚਤ ਮਾਲੜਾ, ਹੋਈ ਛਿੰਝ ਇਕੱਟੀਆ ਦਈ ਬੈਠਾ ਵੇਖੈ ਆਪ ਜੀਉ, ਵਾਤ ਵੱਜਣ ਟਮਕ ਪੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਹੱਤੇ ਪੰਜ ਜਵਾਨ ਮੈਂ। ਪਰ ਕਦੋਂ ਉਹ ਜਿਹੜੇ ਪੰਜ ਜਵਾਨ ਕਿਹੜੇ ਹੈ, ਪੰਜ ਵਕਾਰ, ਉਹ ਮੈਂ ਹਰਾ ਦਿੱਤੇ, ਨਿਹੱਤੇ ਕਰ ਦਿੱਤੇ। ਪਰ ਉਹ ਪੰਜ ਵਕਾਰਾਂ ਨੂੰ ਜਿੱਤਿਆ ਕਿਵੇਂ, ਮਨ ਜਿੱਤਿਆ, ਨਿਹੱਤੇ ਕਿਵੇਂ ਕੀਤੇ, ਗੁਰ ਥਾਪੀ ਦਿੱਤੀ ਕੰਡ ਜੀਓ, ਜਦੋਂ ਗੁਰੂ ਨੇ ਕੰਢ ਦੇ ਉੱਤੇ ਹੱਥ ਰੱਖ ਕੇ ਥਾਪੜਾ ਦਿੱਤਾ, ਗੁਰੂ ਦੇ ਗਿਆਨ ਦਾ ਥਾਪੜਾ, ਗੁਰੂ ਨੇ ਦਿੱਤਾ ਮੈਨੂੰ ਸ਼ਬਦ ਦਾ ਥਾਪੜਾ, ਆਪਣੀ ਸੋਝੀ ਦਾ ਥਾਪੜਾ ਦਿੱਤਾ, ਇਹਨਾਂ ਪੰਜ ਵਕਾਰਾਂ ਨੂੰ ਮੈਂ ਨਿਹੱਤੇ ਕਰ ਦਿੱਤਾ, ਜਿੱਤ ਲਿਆ। ਕਿਉਂਕਿ ਇਹਨਾਂ ਨੂੰ ਜਿੱਤੇ ਤੋਂ ਬਿਨਾਂ ਤੇ ਗੱਲ ਨਹੀਂ ਬਣਦੀ, ਗੁਰਮੁਖ ਦੀ ਨਿਸ਼ਾਨੀ ਇਹ ਹੈ। ਉਹ ਦੁਨੀਆਂ ਨੂੰ ਜਿੱਤਣ ਦੇ ਨਾਲੋਂ ਪਹਿਲਾਂ ਮਨ ਜਿੱਤਣ ਦੇ ਵੱਲ ਧਿਆਨ, ਜਿਹਨੂੰ ਪਾਤਸ਼ਾਹ ਨੇ ਕਿਹਾ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੋਨਾ। ਉਹ ਸੂਰਮੈ ਕਹਿੰਦਾ ਲੜਦਾ ਬਾਹਰ, ਪਾਤਸ਼ਾਹ ਕਹਿੰਦੇ ਅੰਦਰ ਵੀ ਦੁਸ਼ਮਣ ਬੈਠੇ ਆ, ਉਹਨਾਂ ਨਾਲ ਲੜ ਪਹਿਲਾਂ, ਅੰਦਰ ਵੀ ਇੱਕ ਜੰਗ ਚੱਲਦੀ ਗੁਰਮੁਖੋ ਸਾਡੀ, ਪਰ ਉਹ ਜੰਗ ਉਹ ਲੜਦਾ ਜਿਹਨੂੰ ਦੁਸ਼ਮਣ ਦੀ ਪਹਿਚਾਣ ਹੋ ਜਾਂਦੀ ਹੈ ਵੀ ਦੁਸ਼ਮਣ ਤਾਂ ਅੰਦਰ ਵੀ ਬੈਠੇ ਆ। ਨਹੀਂ ਤੇ ਕਈ ਵਾਰ ਜਿਵੇਂ ਪਾਤਸ਼ਾਹ ਨੇ ਕਿਹਾ ਨਾ ਨਗਰੀ ਕਾਚੀ ਬਾਲਕ, ਪਾਤਸ਼ਾਹ ਕਹਿੰਦੇ ਜਿਹੜਾ ਇਹ ਮਨ ਹੈ ਇਹ ਬਾਲਕ ਹੈ, ਸਰੀਰ ਰੂਪੀ ਨਗਰ ਕੱਚਾ ਹੈ ਅਤੇ ਦੁਸ਼ਟਾਂ ਨਾਲ ਪਿਆ, ਇਹ ਦੁਸ਼ਮਣਾਂ ਨਾਲ ਪਾਪਾਂ ਨਾਲ ਤਾਂ ਪਿਆਰ ਪਾ ਕੇ ਬੈਠਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖ ਦੀ ਜੋਗੀਓ ਗੁਰਮੁਖ ਬਣੋ ਭਾਈ, ਗੁਰੂ ਵਾਲੇ ਬਣੋ। ਅਤੇ ਗੁਰਮੁਖ ਕੌਣ ਹੁੰਦਾ, ਮਨ ਜੀਤਾ ਹਉਮੈ ਮਾਰ, ਜਿਹੜਾ ਹਉਮੈ ਨੂੰ ਮਾਰ ਕੇ ਆਪਣੇ ਮਨ ਦੇ ਵਿਕਾਰਾਂ 'ਤੇ ਉੱਪਰ ਜਿੱਤ ਪ੍ਰਾਪਤ ਕਰਦਾ ਹੈ।
ਗੁਰਮੁਖ ਸਾਚ ਰੱਖਿਆ ਔਰ ਧਾਰ। ਸਾਚ ਦਾ ਅਰਥ ਹੈ ਸਦਾ ਟਿੱਕੇ ਰਹਿਣ ਵਾਲੇ, ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਦਾ ਹੈ। ਔਰ ਧਾਰ, ਔਰ ਦਾ ਅਰਥ ਹੁੰਦਾ ਹਿਰਦਾ, ਹਿਰਦੇ ਦੇ ਵਿੱਚ ਪਰਮੇਸ਼ਰ ਦੇ ਹੁਕਮ ਨੂੰ ਧਾਰਨ ਕਰਦਾ ਹੈ। ਔਰ ਗੁਰਮੁਖ ਧਾਰਨ ਕਰਨ ਵਾਲੇ ਨੂੰ ਹੀ ਧਰਮੀ ਕਿਹਾ ਜਾਂਦਾ ਹੈ। ਜਿਹੜਾ ਧਰਮ ਸ਼ਬਦ ਆ ਨਾ, ਧਰੀ ਧਾਤੂ ਤੋਂ ਹੈ, ਸੰਸਕ੍ਰਿਤ ਦਾ ਸ਼ਬਦ ਹੈ, ਧਰੀ ਧਾਤੂ ਹੈ ਇਹਦੀ, ਧਾਰਨ ਕਰਨ ਵਾਲਾ। ਰੱਬੀ ਗੁਣਾਂ ਨੂੰ ਧਾਰਨ ਕਰਨ ਵਾਲਾ, ਗੁਰੂ ਦੇ ਬਚਨਾਂ ਨੂੰ ਧਾਰਨ ਕਰਨ ਵਾਲਾ ਧਰਮੀ। ਸਾਚ ਰੱਖਿਆ ਔਰ ਧਾਰ, ਗੁਰਮੁਖ ਜਗ ਜੀਤਾ ਜਮਕਾਲ ਮਾਰ ਬਿਦਾਰ। ਜਮਕਾਲ ਮੌਤ ਦਾ ਜਮਦੂਤ, ਜਮਕਾਲ ਪਾਤਸ਼ਾਹ ਕਹਿੰਦੇ ਨੇ ਭਾਈ। ਜਮਕਾਲ ਦਾ ਇੱਥੇ ਅਰਥ ਬਣੇਗਾ ਮੌਤ ਦਾ, ਡਰ ਨੂੰ ਮਾਰ ਕੇ ਪਾਤਸ਼ਾਹ ਕਹਿੰਦੇ ਨੇ ਜੱਗ ਜੀਤਾ, ਉਹ ਭਾਈ ਉਸਨੇ ਜੱਗ ਨੂੰ ਜਿੱਤ ਲਿਆ। ਅਰਥ ਕੀ ਬਣਿਆ ਕਿ ਭਾਈ ਜਿਹਨੇ ਮੌਤ ਦੇ ਡਰ ਨੂੰ ਖਤਮ ਕਰ ਦਿੱਤਾ ਹਿਰਦੇ ਦੇ ਵਿੱਚੋਂ, ਆਪਣੇ ਮਨ ਦੇ ਵਿੱਚੋਂ, ਪਾਤਸ਼ਾਹ ਕਹਿੰਦੇ ਇਹ ਮੰਨ ਲਵੋ ਉਸਨੇ ਜੱਗ ਹੀ ਜਿੱਤ ਲਿਆ। ਗੁਰਮੁਖ ਦਰਗਾਹ ਨਾ ਆਵੇ ਹਾਰ। ਪਾਤਸ਼ਾਹ ਕਹਿੰਦੇ ਗੁਰਮੁਖ ਜਨਾਂ ਨੂੰ, ਜਿਹੜਾ ਗੁਰਮੁਖ ਹੁੰਦਾ ਹੈ, ਗੁਰੂ ਦੇ ਆਸੇ ਅਨੁਸਾਰ ਤੁਰਨ ਵਾਲਾ ਹੁੰਦਾ ਹੈ, ਉਹਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪਾਤਸ਼ਾਹ ਕਹਿੰਦੇ ਕਦੇ ਵੀ ਹਾਰ ਪ੍ਰਾਪਤ ਨਹੀਂ ਹੁੰਦੀ ਹੈ। ਗੁਰਮੁਖ ਮੇਲ ਮਲਾਈ ਸੋ ਜਾਣੈ। ਇਹਨੂੰ ਸੋ ਨਹੀਂ ਬੋਲਣਾ, ਦੋ ਗੁਰਮੁਖੋਂ ਮਾਤਰਾ ਲੱਗੀਆਂ ਹੋਈਆਂ ਬੜੇ ਧਿਆਨ ਦੇ ਨਾਲ। ਵੈਸੇ ਇਹ ਨਾ ਮੈਂ ਕਿਉਂਕਿ 15-18 ਸਾਲ ਹੋ ਗਏ ਹੁਣ, ਹੈ ਨਾ, ਇੱਦਾਂ ਗੁਰਬਾਣੀ ਨੂੰ ਵਿਚਾਰਦਿਆਂ, ਬਾਣੀ ਨੂੰ ਸਮਝਣ ਯਤਨ ਕਰਦਿਆਂ ਹੋਇਆਂ, ਤਾਂ ਗੁਰਮੁਖੋਂ ਮੈਂ ਆਮ ਤੌਰ 'ਤੇ ਦੇਖਿਆ ਇੱਕ ਜਿਹੜੇ ਪੰਜਾਬ ਤੋਂ ਬਾਹਰ ਦੇ ਸਿੱਖ ਨੇ ਅਤੇ ਲਗਭਗ 30 ਸਾਲ ਤੋਂ ਥੱਲੜੇ ਹੈ, 30 ਸਾਲ ਤੋਂ ਉੱਪਰ ਵਾਲੇ ਨੇ, ਉਹਨਾਂ ਤਾਂ ਟੱਚ 'ਚ ਨੇ, ਉਹ ਪੁਰਾਣੇ ਸਮੇਂ ਤੋਂ ਪੰਜਾਬੀ ਨਾਲ ਜੁੜੇ ਹੋਏ ਨੇ। ਜਿਹੜੀ ਸਾਡੀ ਪੰਜਾਬ ਤੋਂ ਬਾਹਰਲੀ ਨਵੀਂ ਪੀੜ੍ਹੀ ਆ ਨਾ, 30 ਸਾਲ ਤੋਂ ਬਾਅਦ ਵਾਲੀ ਜਿਹੜੀ ਹੈ, ਉਹ ਜਦੋਂ ਵੀ ਪੰਜਾਬੀ ਸਿੱਖਦੇ ਨੇ ਮੁਹਾਰਨੀ ਨਹੀਂ ਸਿੱਖਦੇ। ਇਹ ਬਹੁਤ ਜ਼ਰੂਰੀ ਹੈ, ਅਸੀਂ ਸਿੱਧੀ ਸਿੱਖਦੇ ਹਾਂ ਗੁਰਬਾਣੀ ਪੜ੍ਹਨੀ, ਔਰ ਸਿੱਧੀ ਗੁਰਬਾਣੀ ਜਦ ਤੱਕ ਮੁਹਾਰਨੀ ਨਹੀਂ ਅਸੀਂ ਪੜ੍ਹਾਂਗੇ ਉਦੋਂ ਤੱਕ ਗੁਰਬਾਣੀ ਦਾ ਉਚਾਰਨ ਸਹੀ ਨਹੀਂ ਹੋ ਸਕਦਾ। ਯਤਨ ਕਰਿਆ ਕਰੀਏ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਂਦੇ ਹਾਂ, ਕਿਉਂਕਿ ਮੈਂ ਦੇਖਿਆ ਸਕੂਲਾਂ ਦੇ ਵਿੱਚ ਵੀ ਉਹ ਜਿਹੜੇ ਪੜ੍ਹਾਉਣ ਵਾਲੇ ਨੇ ਉਹਨਾਂ ਨੂੰ ਵੀ ਪੰਜਾਬੀ ਇੱਦਾਂ ਦੀ ਆਉਂਦੀ ਹੈ। ਮੈਂ ਇੱਕ ਥਾਂ ਗਿਆ, ਉਹ ਜੱਜੇ ਪਰਬਿੰਦੀ ਜੈ ਬੋਲੋ, ਜੱਜੇ ਪਰਬਿੰਦੀ ਜੈ ਕਿਵੇਂ ਹੋਏਗਾ ਜੀ, ਸੱਸੇ ਪਰਬਿੰਦੀ ਸਾਹਿਬ ਬੋਲੋ। ਉਹ ਜੇ ਉਹਨੂੰ ਬਿੰਦੀ ਬੋਲਣੀ ਨਹੀਂ ਫਿਰ ਉਹ ਉਚਾਰਨ, ਉਹ ਕਹਿਣ ਦਾ ਕੀ ਲੋੜ ਹੈ, ਜੱਜੇ ਪਰ ਬਿੰਦੀ ਜ਼ੈ ਬੋਲੋ। ਜਿਹੜੇ ਸ਼ਬਦ ਫਾਰਸੀ ਜਾਂ ਅਰਬੀ ਭਾਸ਼ਾ ਦੇ ਵਿੱਚੋਂ ਇੱਧਰ ਆਏ ਹੈ ਉਹਦੇ ਥੱਲੇ ਲੱਗੀਆਂ ਹੋਈਆਂ ਨੇ ਬਿੰਦੀਆਂ ਸਾਰੀਆਂ। ਇਸ ਕਰਕੇ ਸੱਸੇ ਪਰ ਬਿੰਦੀ ਸਾਹ ਬੋਲੋ, ਸੱਸੇ ਪਰ ਬਿੰਦੀ ਸ਼ਾਹ ਬੋਲੋ, ਆ ਸ਼ੋਭਾ ਜਦੋਂ ਬੋਲਾਂਗੇ ਤਾਂ ਬਿੰਦੀ ਲੱਗੇਗੀ ਥੱਲੇ ਉਹਦੇ। ਸੈ ਬੋਲੋ ਕੀ ਹੋਇਆ, ਸੈ ਤਾਂ ਬਿੰਦੀ ਲੱਗ ਹੀ ਨਹੀਂ ਰਹੀ। ਇੱਦਾਂ ਪੜ੍ਹਾਈ ਜਾਂਦੀ ਹੈ, ਇਸ ਕਰਕੇ ਪੜ੍ਹਾਉਣ ਵਾਲੇ ਵੀ ਇੱਦਾਂ ਹੀ ਪੜ੍ਹਾਉਂਦੇ ਆ, ਕਿਉਂਕਿ ਪਤਾ ਹੀ ਨਹੀਂ ਹੁੰਦਾ ਬਿੰਦੀ। ਇਸ ਕਰਕੇ ਯਤਨ ਕਰੋ ਵੀ ਜਦੋਂ ਗੁਰਬਾਣੀ ਸਿੱਖਣ ਦਾ ਆਪਾਂ ਸ਼ੁਰੂਆਤ ਕਰਦੇ ਹਾਂ, ਸਾਡੇ ਨਵੇਂ ਬੱਚੇ ਨੇ ਜਦੋਂ, ਉਹਨਾਂ ਨੂੰ ਚਾਹੀਦਾ ਇਹ ਵੀ ਮਹਾਰਨੀ ਪਹਿਲਾਂ ਸਿੱਖੀਏ, ਕਿਉਂਕਿ ਮਹਾਰਨੀ ਤੋਂ ਉਚਾਰਨ ਤੋਂ ਬਿਨਾਂ ਸ਼ੁੱਧ ਉਚਾਰਨ ਨਹੀਂ ਹੋ ਸਕਦਾ। ਤਾਂ ਇੱਥੇ ਹੁਣ ਅਸੀਂ ਕਈ ਵਾਰ ਸੋ ਜਾਣਾ, ਸੋ ਜਦੋਂ ਅਸੀਂ ਲੰਮਾ ਪੜ੍ਹਾਂਗੇ ਨਾ, ਸੋ ਸੋ ਜਾਣਾ, ਜਦੋਂ ਨਵੇਂ ਨੰਨਾ ਹੈ, ਨੰਨਾ ਹੁਣ ਦੋ ਤਰੀਕੇ ਨਾਲ ਆਇਆ ਆਪਾਂ ਵਿਚਾਰਿਆ, ਇੱਥੇ ਇੱਕ ਇਕੱਲਾ ਨੰਨਾ ਆ ਰਿਹਾ, ਇੱਕ ਨੰਨੇ ਦੇ ਨਾਲ ਕੰਨਾ ਆ ਰਿਹਾ, ਉਦੋਂ ਬੋਲਾਂਗੇ ਨਾ, ਜੇ ਕੰਨ ਤਾਂ ਫਿਰ ਨਾ ਉਹਨਾਂ ਕੀ ਬੋਲਣਾ। ਜਿਵੇਂ ਸੱਸੇ ਨੂੰ ਘੋੜਾ ਈਰੀ ਨੂੰ ਸਿਹਾਰੀ ਲੱਗੀ ਹੋਈ, ਆਪਾਂ ਕਹਿੰਦਾ ਸੋਏ, ਸੋਏ ਨਹੀਂ ਬੋਲਣਾ ਆਪਾਂ, ਉਹ ਆਪਾਂ ਲਾਵਾਂ ਉਚਾਰ ਕਰਦੇ ਸੋਏ, ਉਹਨਾਂ ਕੀ ਬੋਲਣਾ ਜਿੰਨਾ ਕੁ ਹੈ। ਤਾਂ ਇਸ ਕਰਕੇ ਥੋੜ੍ਹਾ ਜਿਹਾ ਇਹਨੂੰ ਬੜੇ ਧਿਆਨ ਨਾਲ ਵਿਚਾਰਨਾ। ਗੁਰਮੁਖ ਇਹ ਮੈਂ ਬੇਨਤੀ ਤਾਂ ਕੀਤੀ ਕਿਉਂਕਿ ਸੱਸੇ ਨੂੰ ਦੋ ਮਾਤਰਾ ਆਈਆਂ ਹੋਈਆਂ ਨੇ, ਇਹਨੂੰ ਜਿਹੜਾ ਹੈ ਉਹ ਹੋੜਾ ਨਹੀਂ ਬੋਲਣਾ, ਇਹਨੂੰ ਔਂਕੜ ਨਾਲ ਬੋਲਣਾ।
ਤੇ ਔਂਕੜ ਉਦਾਂ ਹੀ ਬੋਲਣਾ ਵੀ ਇਹ ਨਾ ਤਾਂ ਦਲੈਂਕੜ ਬਣੇ ਤੇ ਨਾ ਇਹ ਘੋੜਾ ਬਣੇ। ਸੋ ਜਾਣਾ ਸੋ ਜਾਣਾ ਇੱਦਾਂ ਗੁਰਮੁਖ ਮੇਲ ਮਲਾਏ ਸੋ ਜਾਣਾ। ਤੋ ਪਾਤਸ਼ਾਹ ਕਹਿੰਦੀ ਭਾਈ ਗੁਰਮੁਖ ਜਿਹੜੇ ਗੁਰਮੁਖ ਹੁੰਦੇ ਨੇ ਮੇਲ ਮਲਾਏ, ਗੁਰੂ ਨਾਨਕ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਪਰਮਾਤਮਾ ਆਪ ਹੀ ਉਹਨਾਂ ਦੇ ਨਾਲ ਸੰਯੋਗ ਬਣਾ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਸੋ ਜਾਣਾ ਗੁਰਮੁਖ ਹੀ ਇਸ ਗੱਲ ਨੂੰ ਸਮਝਦਾ ਜਾਣਦਾ, ਕੇਵਲ ਗੁਰਮੁਖ ਇਸ ਗੱਲ ਨੂੰ ਜਾਣਦਾ ਕਿ ਪਰਮਾਤਮਾ ਆਪ ਕਿਰਪਾ ਕਰਕੇ ਆਪਣੇ ਪਿਆਰਿਆਂ ਨੂੰ ਵਿਧ ਬਣਾ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਨਾਨਕ ਗੁਰਮੁਖ ਸ਼ਬਦ ਪਛਾਣੈ। ਹੇ ਨਾਨਕ, ਗੁਰੂ ਦੇ ਆਸੇ ਅਨੁਸਾਰ ਤੁਰਨ ਵਾਲਾ, ਗੁਰੂ ਦੇ ਸ਼ਬਦ ਵਿੱਚ ਆਪਣੇ ਮਨ ਨੂੰ ਰੰਗਣ ਵਾਲਾ ਗੁਰਮੁਖ ਸ਼ਬਦ ਪਛਾਣੈ। ਸ਼ਬਦ ਦੇ ਰਾਹੀਂ ਪਛਾਣੈ ਦਾ ਅਰਥ ਹੈ ਜਾਣ ਪਹਿਚਾਣ ਬਣਾਉਣੀ, ਪਛਾਣ ਲੈਣਾ। ਸ਼ਬਦ ਦੇ ਰਾਹੀਂ ਪਰਮਾਤਮਾ ਦੇ ਨਾਲ ਜਾਣ ਪਹਿਚਾਣ ਬਣਾ ਲੈਂਦਾ ਹੈ। ਅਗਲਾ ਵਿੱਚ ਸ਼ਬਦ ਹੈ ਕੰਨ ਵੇੜਾ ਸੁਣ ਤੂੰ ਔਧੂ। ਹੁਣ ਇੱਥੇ ਅਖੀਰਲਾ ਬਚਨ ਹੈ ਗੁਰਮੁਖੋ, ਇਹ ਕਹਿ ਲਓ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਨਿਬੇੜੇ ਦਾ ਅਰਥ ਹੁੰਦਾ ਫੈਸਲਾ ਕਰਨਾ, ਆਪਾਂ ਕਹਿੰਦਾ ਕਰੋ ਜੀ ਨਿਬੇੜਾ ਗੱਲਬਾਤ ਦਾ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਆ ਜਾਓ, ਔਧੂ ਦਾ ਅਰਥ ਹੈ ਜੋਗੀ, ਇਹ ਜੋਗੀ ਉਹ ਆ ਜਾਓ, ਹੁਣ ਆਪਾਂ ਸਾਰੀ ਚਰਚਾ ਦਾ ਨਿਬੇੜਾ ਕਰੀਏ ਵੀ ਇਹਦੇ ਵਿੱਚੋਂ ਤੱਤ ਕੀ ਨਿਕਲਦਾ। ਕੁਛ ਯੋਗੀਆਂ ਨੇ ਕਿਹਾ, ਕੁਛ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹਾ ਗੁਰਮੁਖੋ। ਸਾਰੀ ਜਿਹੜੀ ਵਿਚਾਰ ਚਰਚਾ ਹੈ ਉਹਦਾ ਹੁਣ ਪਾਤਸ਼ਾਹ ਕਹਿੰਦੇ ਆਓ ਭਾਈ ਜੋਗੀਓ, ਸਾਰੇ ਸ਼ਬਦ ਦਾ ਭਾਵ ਕਿ ਸਾਰੀ ਚਰਚਾ ਦਾ ਨਿਬੇੜਾ, ਹੁਣ ਆਓ ਭਾਈ ਆਪਾਂ ਨਿਬੇੜਾ ਕਰੀਏ ਵੀ ਇਹਦੇ ਵਿੱਚੋਂ ਫੈਸਲਾ ਕੀ, ਤੱਤ ਕੀ ਸਾਨੂੰ ਮਿਲਿਆ। ਸ਼ਬਦ ਹੈ ਕਾ ਨਿਬੇੜਾ ਸੁਣ ਤੂੰ ਔਧੂ। ਪਾਤਸ਼ਾਹ ਕਹਿੰਦੇ ਨੇ ਇਹ ਜੋਗੀਓ, ਹੁਣ ਆਓ ਸਾਰੀ ਵਿਚਾਰ ਚਰਚਾ ਦਾ, ਸਾਰੇ ਸ਼ਬਦ ਦਾ ਸਾਰ ਹੈ ਜਿਹੜਾ ਉਹ ਆਪਾਂ ਕਰੀਏ। ਅਤੇ ਕੀ ਨਿਕਲਦਾ ਸਾਰੀ ਚਰਚਾ ਦਾ ਨਿਬੇੜਾ ਕੀ ਹੈ? ਬਿਨ ਨਾਵੇਂ ਜੋਗ ਨਾ ਹੋਈ। ਆ ਹੈ ਨਿਬੇੜਾ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਭਾਈ ਪਰਮਾਤਮਾ ਨਾਲ ਯੋਗ ਨਹੀਂ ਹੋ ਸਕਦਾ, ਮਿਲਾਪ ਨਹੀਂ ਹੋ ਸਕਦਾ। ਯੋਗ ਦਾ ਕੀ ਅਰਥ ਹੈ? ਜੁੜਿਆ ਨਹੀਂ ਜਾ ਸਕਦਾ। ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨਾਂ ਯੋਗ ਨਹੀਂ ਹੋ ਸਕਦਾ, ਯੋਗੀ ਨਹੀਂ ਬਣਿਆ ਜਾ ਸਕਦਾ। ਨਾਮ ਤੋਂ ਬਿਨਾਂ ਯੋਗ ਦਾ ਅਰਥ ਮਿਲਾਪ ਨਹੀਂ ਹੋ ਸਕਦਾ ਪਰਮਾਤਮਾ ਦੇ ਨਾਲ। ਨਾਮੇ ਰਾਤੇ ਅਨ ਦਿਨ ਮਾਤੇ, ਨਾਮੇ ਤੇ ਸੁੱਖ ਹੋਈ। ਪਾਤਸ਼ਾਹ ਕਹਿੰਦੇ ਨਾਮੇ ਰਾਤੇ ਜਿਹੜੇ ਭਾਈ ਨਾਮ ਦੇ ਵਿੱਚ ਰੰਗੇ ਜਾਂਦੇ ਨੇ, ਅਨ ਦਿਨ ਮਾਤੇ ਦਿਨ ਰਾਤ ਉਹ ਨਾਮ ਦੇ ਵਿੱਚ ਹੀ ਮਸਤ ਹੋਏ ਰਹਿੰਦੇ ਹਨ। ਨਾਮੇ ਤੇ ਸੁੱਖ ਹੋਈ, ਨਾਮ ਦੇ ਨਾਲ ਹੀ ਸੁੱਖ ਪ੍ਰਾਪਤ ਹੁੰਦਾ ਹੈ। ਨਾਮੇ ਹੀ ਤੇ ਸਭ ਪ੍ਰਗਟ ਹੋਵੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਜੋਗੀਓ ਆਹ ਹੈ ਤੱਤ, ਆਹ ਹੈ ਨਿਬੇੜਾ, ਆਹ ਹੈ ਸਾਰਾ ਫੈਸਲਾ। ਕੀ ਹੈ? ਨਾਮੇ ਹੀ ਤੇ ਸਭ ਪ੍ਰਗਟ ਹੋਵੇ। ਨਾਮ ਦੇ ਨਾਲ ਹੀ ਪਰਮਾਤਮਾ ਦੇ ਸਾਰੇ ਰੱਬੀ ਗੁਣ ਮਨੁੱਖੀ ਜ਼ਿੰਦਗੀ ਵਿੱਚ ਪ੍ਰਗਟ ਹੁੰਦੇ ਹਨ। ਸਭ ਪ੍ਰਗਟ ਦਾ ਕੀ ਅਰਥ ਹੈ? ਜਿਹੜੇ ਸਾਡੇ ਅੰਦਰ ਚੰਗੇ ਗੁਣ ਨੇ ਉਹ ਬਾਹਰ ਪ੍ਰਗਟ ਤਾਂ ਹੁੰਦੇ ਨੇ ਜੇ ਨਾਮ ਦੀ ਦਾਤ ਕੋਲ ਹੈ, ਪਰਮਾਤਮਾ ਦਾ ਸਿਮਰਨ ਹੈ, ਅਤੇ ਉਹ ਪਰਮਾਤਮਾ ਦੇ ਰੱਬੀ ਗੁਣ ਸਾਡੇ ਅੰਦਰ ਸ਼ੁਭ ਗੁਣ। ਗੁਰਮੁਖ ਮਸਕੀਨ ਸਾਹਿਬ ਨੇ ਇੱਕ ਬਚਨ ਕਹਿੰਦੇ ਹੁੰਦੇ ਸੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਵੀ ਇਹ ਬਚਨ ਕਿਹਾ ਗਿਆ। ਆਪਾਂ ਕੋਲੋਂ ਕਿਸੇ ਸਰੀਰ ਦੀ ਗੱਲ ਕਿਉਂ ਕਰਨੀ ਹੈ? ਗੁਰੂ ਪਾਤਸ਼ਾਹ ਕਹਿੰਦੇ ਬਿਖ ਅੰਮ੍ਰਿਤ ਵਸੈ ਇੱਕ ਸੰਗਾ, ਇੱਕ ਥਾਂ ਦੋਨੋਂ ਵਸਦੇ ਹੈ, ਜ਼ਹਿਰ ਵੀ ਵਸਦਾ ਅੰਮ੍ਰਿਤ ਵੀ। ਅਰਥ ਕੀ ਬਣਿਆ? ਵੀ ਚੰਗਿਆਈਆਂ ਬੁਰਿਆਈਆਂ, ਅੰਮ੍ਰਿਤ ਦਾ ਅਰਥ ਹੈ ਚੰਗੇ ਗੁਣ, ਚੰਗਿਆਈਆਂ ਤੇਰੀਆਂ, ਬੁਰਿਆਈਆਂ ਬੁਰੇ ਔਗਣ, ਇਹ ਦੋਨੇ ਮਨੁੱਖ ਦੇ ਅੰਦਰ ਵਸਦੇ ਹੈ। ਜਿਹਨੂੰ ਬਾਬਾ ਜੀ ਨੇ ਕਿਹਾ ਸੰਸਾਰ ਬਿਰਖ ਕੋ ਦੋਏ ਫਲ ਲਾਗੇ। ਹੁਣ ਦੋਨੇ ਵਸਦੇ ਆ ਗੁਰਮੁਖ। ਹੁਣ ਜਿਹੜੀ ਸਾਡੀ ਸੰਗਤ ਆ ਨਾ, ਉਸ ਸੰਗਤ ਨੇ ਉਹਨਾਂ ਗੁਣਾਂ ਨੂੰ ਪ੍ਰਗਟ ਕਰ ਦੇਣਾ। ਜੇ ਸੰਗਤ ਕਰਾਂਗੇ ਬੁਰੇ ਦੀ
ਅਤੇ ਬੁਰਿਆਈਆਂ ਨਿਕਲ ਆਉਣੀਆਂ ਬਾਹਰ। ਜੇ ਸੰਗਤ ਕਰਾਂਗੇ ਗੁਰੂ ਦੀ ਤਾਂ ਚੰਗਿਆਈਆਂ ਪ੍ਰਗਟ ਹੋ ਜਾਣੀਆਂ ਬਾਹਰ। ਸੰਗਤ ਦਾ ਇਹੀ ਕਾਰਨ ਹੈ ਨਾ, ਪਾਤਸ਼ਾਹ ਕਹਿੰਦੇ ਕਿਉਂ ਤੂੰ ਸੰਗਤ ਗੁਰੂ ਦੀ ਕਰ, ਕਿਉਂ ਤੂੰ ਸੰਗਤ ਕਰ, ਕਿਉਂਕਿ ਤੇਰੇ ਅੰਦਰ ਦੇ ਸ਼ੁਭ ਗੁਣ ਪ੍ਰਗਟ ਹੋਣ। ਉਹੀ ਗੁਰਮੁਖ ਬੰਦਾ ਉਹੀ ਹੁੰਦਾ, ਇਨਸਾਨ ਉਹੀ ਹੁੰਦਾ, ਜੈਸੀ ਸੰਗਤ ਕਰਦਾ ਉਹੋ ਜਿਹਾ ਸੁਭਾਅ ਬਣ ਜਾਂਦਾ, ਉਹੋ ਜਿਹੇ ਕਰਮ ਬਣ ਜਾਂਦੇ ਆ। ਕਿਉਂਕਿ ਅੰਦਰ ਤਾਂ ਸ਼ਕਤੀ ਤਾਂ ਹੈ ਹੀ ਹੈ ਨਾ, ਪ੍ਰਗਟ ਹੁੰਦੀ ਹੈ। ਇਸ ਕਰਕੇ ਜੇ ਤੂੰ ਚਾਹੁੰਦਾ ਤੇਰੇ ਅੰਦਰੋਂ ਸੱਤ ਸੰਤੋਖ ਧਰਮ ਧੀਰਜ ਦਇਆ ਤੇਰੇ ਅੰਦਰੋਂ ਪ੍ਰਗਟ ਹੋਵੇ, ਤਾਂ ਭਾਈ ਗੁਰੂ ਦੇ ਕੋਲ ਬੈਠ ਜਾ ਕੇ ਤੇਰੇ ਅੰਦਰੋਂ ਸੱਤ ਸੰਤੋਖ ਪੈਦਾ ਹੋ ਜਾਏਗਾ। ਜੇ ਕਿਤੇ ਬੁਰੇ ਕੋਲ ਬਹਿ ਗਿਆ ਜਾ ਕੇ, ਮਨ ਮਰਜ਼ੀਆਂ ਕਰਨ ਵਾਲੇ ਕੋਲ ਬਹਿ ਗਿਆ, ਫਿਰ ਤੇਰੇ ਅੰਦਰ ਇਸ ਦੇਹੀ ਅੰਦਰ ਪੰਜ ਚੋਰ ਵਸਾਂ, ਪਰ ਉਹ ਵੀ ਬੈਠੇ ਆ, ਉਹ ਪ੍ਰਗਟ ਹੋ ਜਾਣੇ ਆ। ਪੰਜ ਚੋਰ ਵੀ ਸਰੀਰ ਦੇ ਵਿੱਚ ਹੀ ਹੈ, ਤਾਂ ਹੀ ਬਾਬਾ ਜੀ ਨੇ ਕਿਹਾ ਨਾ, ਇਹ ਸਰੀਰ ਸਭ ਧਰਮ ਹੈ, ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਲੁੱਕ ਰਹੀ, ਕੋਈ ਗੁਰਮੁਖ ਸੇਵਕ ਕੱਢੈ ਖੋਤ। ਭਾਈ ਕੋਈ ਗੁਰੂ ਵਾਲਾ ਹੁੰਦਾ ਅੰਦਰੋਂ ਖੋਜ ਕਰਕੇ ਕੱਢ ਲੈਂਦਾ ਇਹਨਾਂ ਸ਼ੁਭ ਗੁਣਾਂ ਨੂੰ। ਇਸ ਕਰਕੇ ਗੁਰੂ ਦੀ ਸੰਗਤ ਕਿਉਂ ਕਰਦੇ ਹਾਂ, ਮੇਰੇ ਅੰਦਰੋਂ ਧਰਮ ਪ੍ਰਗਟ ਹੋ ਜਾਏ, ਮੇਰੇ ਅੰਦਰੋਂ ਸਤ ਸੰਤੋਖ ਦਇਆ ਪ੍ਰਗਟ ਹੋਵੇ, ਇਸ ਕਰਕੇ ਮੈਂ ਗੁਰੂ ਦੀ ਸੰਗਤ ਕਰਦਾ ਹਾਂ। ਇਹੀ ਪਾਤਸ਼ਾਹ ਕਹਿੰਦੇ ਨੇ ਨਾਮੈ ਹੀ ਤੇ ਸਭ ਪ੍ਰਗਟ ਹੋਵੇ। ਭਾਈ ਨਾਮ ਦੇ ਨਾਲ ਹੀ ਸਾਰੇ ਰੱਬੀ ਗੁਣ ਪ੍ਰਗਟ ਹੁੰਦੇ ਨੇ। ਨਾਮੇ ਸੋਜੀ ਭਾਈ, ਨਾਮ ਦੇ ਨਾਲ ਹੀ ਜਿਸਨੇ ਵੀ ਅੱਜ ਤੱਕ ਸੂਝ ਪ੍ਰਾਪਤ ਕੀਤੀ ਹੈ, ਨਾਮ ਦੇ ਨਾਲ ਹੀ ਪ੍ਰਾਪਤ ਕੀਤੀ ਹੈ। ਬਿਨ ਨਾਮ ਹੈ ਭੇਖ ਕਰੈ ਬਹੁਤੇ, ਬੜੇ ਨੇ ਪਾਤਸ਼ਾਹ ਕਹਿੰਦੇ ਨਾਮ ਤੋਂ ਬਿਨ ਭੇਖ ਬਹੁਤਿਆਂ ਨੇ ਕੀਤੇ ਪਾਤਸ਼ਾਹ ਕਹਿੰਦੇ। ਪਰ ਜੋਗੀਓ ਇਹ ਗੱਲ ਸੱਚ ਹੈ ਕਿ ਇਹ ਬਾਹਰ ਦੇ ਭੇਖ ਦੇ ਨਾਲ ਮੁਕਤੀ ਨਹੀਂ ਪ੍ਰਾਪਤ ਹੁੰਦੀ। ਬਿਨ ਨਾਮ ਹੈ ਭੇਖ ਕਰੈ ਬਹੁਤ ਤੇਰੇ, ਪਾਤਸ਼ਾਹ ਕਹਿੰਦੇ ਨੇ ਬੜੇ ਭੇਖ ਕਰਦੇ ਨੇ ਭਾਈ, ਪ੍ਰਭੂ ਦਾ ਨਾਮ ਛੱਡ ਕੇ ਬੜਾ ਭੇਖ ਕਰਦੇ ਨੇ ਲੋਕ। ਗੁਰਮੁਖੋ ਮੈਂ ਇੱਕ ਬੇਨਤੀ ਕਰਦਾ ਹੁੰਦਾ, ਅਸੀਂ ਕਹਿੰਦੇ ਹਾਂ ਵਿਦਵਾਨ ਪੁਰਸ਼ਾਂ ਦੀ ਸੰਗਤ ਕਰਨੀ ਚਾਹੀਦੀ ਹੈ। ਕੌਮ ਨੂੰ ਵਿਦਵਾਨ ਲੋਕਾਂ ਦੀ ਲੋੜ ਹੈ, ਇਕੱਲੇ ਵਿਦਵਾਨਾਂ ਦੀ ਲੋੜ ਥੋੜ੍ਹਾ ਹੈ। ਜਿਨ੍ਹਾਂ ਤੋਂ ਬਾਬੇ ਨਾਨਕ ਨੇ ਖਹਿੜਾ ਛਡਾਇਆ ਉਹ ਵਿਦਵਾਨ ਹੀ ਸੀ ਸਾਰੇ। ਨੁਕਤਾ ਬੜੇ ਧਿਆਨ ਨਾਲ ਸਮਝੋ ਜੀ, ਬਾਬਾ ਜੀ ਨੇ ਕਿਹਾ ਕਾਦੀ ਕੂੜ ਬੋਲ ਮਲ ਖਾਏ, ਕਾਜੀ ਵਿਦਵਾਨ ਨਹੀਂ ਹੈ, ਵਿਦਵਾਨ ਹੀ ਤੇ ਹੈ। ਬਾਹਮਣ ਨਹਾਵੈ ਜੀਆਂ ਕਾਏ, ਬਾਹਮਣ ਵਿਦਵਾਨ ਹੀ ਤੇ ਹੈ। ਜੋਗੀ ਜੁਗਤ ਨਾ ਜਾਣੈ ਅੰਧ, ਜੋਗੀ ਜੁਗਤ ਸਿੱਧ ਜੋਗੀ ਵਿਦਵਾਨ ਹੀ ਤੇ ਹੈ। ਤੀਨੇ ਉਜਾੜੇ ਕੰਬੰਧ, ਤਿੰਨੇ ਉਜਾੜਦੇ ਪਏ ਆ ਪਾਤਸ਼ਾਹ। ਗੱਲ ਇਕੱਲੇ ਵਿਦਵਾਨ ਹੋਣ ਦੀ ਨਹੀਂ ਹੈ, ਜਿਨ੍ਹਾਂ ਨੇ ਬਾਬੇ ਨਾਲ ਚਰਚਾ ਕੀਤੀ, ਭਾਵੇਂ ਉਹ ਮੱਕੇ ਦੇ ਕਾਜੀ ਨੇ, ਭਾਵੇਂ ਹਿੰਦੂ ਤੀਰਥਾਂ ਦੇ ਪੰਡਿਤ ਨੇ, ਉਹ ਸਾਰੇ ਵਿਦਵਾਨ ਹੀ ਨੇ ਗੁਰਮੁਖੋ। ਗੱਲ ਹੈ ਅੰਦਰ ਦੀ ਸੱਚ, ਅੰਦਰ ਦੀ ਨੀਅਤ। ਅੱਜ ਜਿਹੜੀ ਸਿੱਖ ਕੌਮ ਨੂੰ ਲੋੜ ਹੈ ਨਾ, ਉਹ ਇਕੱਲੇ ਵਿਦਵਾਨਾਂ ਦੀ ਲੋੜ ਨਹੀਂ ਹੈ, ਕੌਮ ਪ੍ਰਸਤਾਂ ਦੀ ਲੋੜ ਹੈ, ਜਿਹੜੇ ਕੌਮ ਦੇ ਪ੍ਰਤੀ ਇਮਾਨਦਾਰੀ ਰੱਖਦੇ ਹੈ। ਨਹੀਂ ਤੇ ਜਿੰਨੀ ਠੱਗੀ ਚੰਗੇ ਤਰੀਕੇ ਨਾਲ ਵਿਦਵਾਨ ਬੰਦਾ ਮਾਰਦਾ ਨਾ, ਆਮ ਬੰਦਾ ਤੇ ਮਾਰਦਾ ਹੀ ਨਹੀਂ। ਇਹਨਾਂ ਚੰਗੀ ਤਰ੍ਹਾਂ ਝੂਠ ਪਿਆਰ ਨਾ ਬੋਲਦਾ, ਐਂ ਸ਼ਿੰਗਾਰ ਸ਼ਿੰਗਾਰ ਕੇ ਬੋਲਦਾ। ਭਾਈ ਬਾਬਾ ਜੀ ਨੇ ਕਿਹਾ ਨਾ, ਫਰੀਦਾ ਇਹ ਵਿਸ਼ ਗੰਧਲਾਂ ਧਰੀਆਂ ਖੰਡ ਲਵਾੜ, ਉਹ ਖੰਡ ਨਾਲ ਲੇਪਕੀ ਨੇ ਕੀਤਾ, ਵਿਦਵਾਨਾਂ ਨੇ ਕੀਤਾ ਝੂਠ ਨੂੰ, ਮੁੱਖ ਝੂਠ ਬਭੁੱਖਣ ਸਾਰ, ਝੂਠ ਵੀ ਕਹਿੰਦੇ ਸ਼ਿੰਗਾਰ ਕਰਕੇ ਬੋਲਦੇ। ਗੱਲ ਹੈ ਗੁਰਮੁਖ ਅੰਦਰ ਦੀ ਨੀਅਤ। ਮੈਂ ਕਹਿੰਦਾ ਉਹਨਾਂ ਗੱਲਾਂ ਹੀ ਹੈ ਚਾਰ, ਕੋਈ ਘੱਟ ਕਰ ਲੈਂਦਾ, ਕੋਈ ਵੱਧ ਕਰ ਲੈਂਦਾ, ਇਹ ਤਾਂ ਅਭਿਆਸ ਹੈ, ਇਹ ਤਾਂ ਨਾਸਤਿਕ ਬੰਦਾ, ਅੱਜ ਦੀ ਗੱਲਾਂ ਮੈਂ ਕਰਦਾ ਨਾਸਤਿਕ ਵੀ ਕਰਦਾ ਹੁੰਦਾ, ਇਹ ਤਾਂ ਅਭਿਆਸ ਹੈ। ਤੁਸੀਂ ਦੋ ਚਾਰ ਸਾਲ ਕਿਤਾਬਾਂ ਨਾ ਉਹ ਸਿਰਖ ਪਾਈ ਜੀ ਕਰ ਲਓ, ਤੁਹਾਨੂੰ ਆਉਣ ਲੱਗ ਪੈਣਗੇ। ਪਰ ਗੱਲ ਹੈ ਕਿ ਕੌਮ ਪ੍ਰਸਤੀ, ਧਰਮ ਦੀ ਪ੍ਰਸਤੀ ਜਿਹੜੀ ਹੈ ਨਾ, ਉਹਦੀ ਲੋੜ ਹੈ ਸਾਨੂੰ, ਜਿਹੜੇ ਸੱਚਮੁੱਚ ਜੀਵਨ ਪੱਖੋਂ, ਸੋਚ ਪੱਖੋਂ ਇਮਾਨਦਾਰ ਹੋਣ। ਅੰਦਰ ਦਾ ਜਿਹੜਾ
लालच है ना वो साडा खत्म हो जाए, उन्हां गुरमुखां दी लोड़ है सानू। तो खैर पातशाह कहिंदे ने बिन नामै पेख करें बहु तेरे, प्रभु का नाम छड के बंदे बहुत पेख करते हैं। सच्चा आप खुवाई, सच्चे परमात्मा ने यह खुवारी आप ही उन्होंने पल्ले पाई है। आप खुवाई, ये खुवारी पेख करके भटकते फिरते ने, यह खुवारी आप ही पल्ले पाई है। क्यों पाई है? क्योंकि विधान है गुरु का, परमेश्वर का विधान है। पातशाह कहिंदे बाहर दे भेखां दे नाल गल नहीं बनती, जुड़ेगा अंदर गल फिर बनती। तो विधान है ना, वो खुवारी आप क्यों पाई है? अपने निजम के अनुसार पाई है खुवारी। सतगुर ते नाम पाई है औदू, ते फिर पातशाह कहिंदे अखीर दे उपर कह रहे ने, पातशाह कहिंदे भाई गुरमुख बन दे लई नाम दी जरूरत है, ते जोगियो ये नाम सतगुरु दे कोलों मिलता है। सतगुर ते नाम पाई है अदू जोग जुगत ता होई, पातशाह कहिंदे जुड़न दी जुगत प्राप्त ता होनी है, जोग जुगत ता होई ता ही तैनू परमात्मा दे नाल जुड़न दी जुगत प्राप्त होनी है। कदों? सतगुर ते नाम पाई है, जे सतगुरु जी दे कोल बैठेगा सतगुरु दे कोलों नाम दी प्राप्ति करेगा। कर विचार मन देखो नानक, हे नानक पातशाह कहिंदे जोगियो अपने कर विचार देखो मन, अपने मन विच ये विचार करके तां देखो, अंदर अपने झाती मार के थोड़ा सोच के तां देखो। पातशाह कहिंदे जोगियो कि सच्चा नाम गुरु तो बिना मिल सकता है? कि नाम तो बिना जोगियो शांति मिल सकती है? पातशाह कहिंदे अपने अंदर सोच के देखो। और कल्ले जोगियां नूं नहीं कह रहे, ये गुरमुखो सानू कह रहे ने, सानू भी तै असी सोच के विचार के देखिए ना, ये असी भी विचारना है। पातशाह कहिंदे सिखा तू बाणी पढ़न वाला, तू भी विचार के देख कि बाणी पढ़े तो बिना गल बन जाएगी। असी भी विचारना है कि केवल बारों बारों चिन्ह धारण करन दे नाल मन शांत हो जाएगा। असी भी विचारना है कि होमे नूं त्यागे तो बिना गुरमुखो मन शांत हो जाएगा। असी भी विचारना है, असी भी तो विचारना, सानू भी तो कह रहे ने ना पातशाह। कर विचार मन देखो नानक बिन नामे मुक्त न होई, पातशाह कहिंदे भाई यही नबेड़ा है अखीरला सिद्ध गोष्ठ बाणी का। पातशाह कहिंदे गुरमुख बने तो बिना, गुरु दे कोलों नाम की प्राप्ति तो बिना, ते नाम तो बिना पातशाह कहिंदे मुक्त का की अर्थ है? वकारां तो मुक्ति, बंधना तो पातशाह कहिंदे बंद खलासी नहीं हो सकती। जोगियो भावें जंगलों च बैठे हो, लटक रहे हो पुठे, पर गुरु दे शब्द तो बिना ते नाम तो बिना मुक्ति प्राप्त नहीं होनी है। पातशाह कृपा करन, अखीरला गुरमुखो जो पता है यदि विचार आप कल नूं करांगे। भुल्लां चुक्कां दे खिमा फतेह बुलाओ आपो जी। वाहेगुरु जी का खालसा, वाहेगुरु जी की फतेह।